ਗਰਵਾਲ ਸਾਹਿਬ, ਅੱਜ ਸਵੇਰ ਸਵੇਰੇ ਜਿਹੜਾ ਕੈਨੇਡਾ ਦੇ ਸਿਆਸੀ ਪਾਣੀਆਂ ਦੇ ਵਿੱਚ ਮੁੱਖ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਵੱਲੋਂ ਕੁਛ ਉਥਲ ਪੁਥਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਇੱਕ ਵੱਡਾ ਜਿਹਾ ਪੱਥਰ ਮਾਰਿਆ ਜਿਹਨੇ ਪਾਣੀ ਹਿਲਾਇਆ ਤੇ ਹੈ, ਜਿਹਦੀ ਚਰਚਾ ਵੀ ਹੋਣੀ ਸ਼ੁਰੂ ਹੋ ਗਈ ਹੈ। ਅੱਜ ਸਵੇਰ ਸਵੇਰੇ ਉਹਨਾਂ ਨੇ ਕਹਿ ਤਾ ਕਿ ਮੈਂ ਇੱਕ ਚਿੱਠੀ ਲਿਖੀ ਹੈ NDP ਲੀਡਰ ਜਗਮੀਤ ਸਿੰਘ ਨੂੰ, ਅਤੇ ਉਹਨਾਂ ਨੂੰ ਆਖਿਆ ਵੀ ਭਾਈ ਆਪਣੀ ਜਿਹੜੀ ਤੁਸੀਂ ਸਪੋਰਟ ਦਿੱਤੀ ਹੈ, ਜਿਹੜਾ ਸਮਰਥਨ ਦਿੱਤਾ ਘੱਟ ਗਿਣਤੀ ਲਿਬਰਲ ਸਰਕਾਰ ਨੂੰ, ਜੋ ਕਿ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਸਰਕਾਰ ਹੈ, ਉਹ ਸਮਰਥਨ ਆਪਣਾ ਵਾਪਸ ਲੈ ਲਓ ਤਾਂ ਕਿ ਇਸੇ ਪਤਝੜ ਦੇ ਮੌਸਮ ਦੇ ਵਿੱਚ, ਇਸੇ ਫਾਲ ਦੇ ਵਿੱਚ ਚੋਣਾਂ ਹੋ ਜਾਣ ਅਤੇ ਕੈਨੇਡਾ ਦੇ ਲੋਕਾਂ ਨੂੰ ਅਗਲੇ ਸਾਲ ਤੱਕ ਇਸ ਮਹਿੰਗੇ ਗੱਠਜੋੜ ਦਾ ਸਾਹਮਣਾ ਨਾ ਕਰਨਾ ਪਵੇ। ਤੁਹਾਨੂੰ ਕੀ ਲੱਗਦਾ ਕਿ ਪੀਰੇ ਪੋਲੀਵਰ ਨੇ ਇਹ ਜਿਹੜਾ ਤੀਰ ਛੱਡਿਆ, ਇਹ ਨਿਸ਼ਾਨੇ ਤੇ ਬੈਠੂਗਾ ਜਾਂ ਸਿਰਫ ਹਵਾ ਵਿੱਚ ਹੀ ਰਹਿ ਜਾਏਗਾ? ਨਿਸ਼ਾਨੇ ਤੇ ਬੈਠਣ ਦੇ ਚਾਂਸਸ ਬਹੁਤ ਘੱਟ ਨੇ ਹਵਾ 'ਚ। ਇੱਕ ਪੋਲੀਟੀਕਲ ਸਟੇਟਮੈਂਟ ਮੇ ਬੀ, ਇਹਦੇ ਨਾਲ ਉਹਨਾਂ ਨੂੰ ਪੋਲੀਟੀਕਲ ਫਾਇਦਾ ਹੋ ਜਾਵੇ ਕਿ ਪੋਲਸ ਦੇ ਵਿੱਚ ਹੋਰ ਉੱਪਰ ਚਲੇ ਜਾਣ, ਜਾਂ ਲੋਕ ਉਹਨਾਂ ਨੂੰ ਇਸ ਚੀਜ਼ ਦੇ ਲਈ ਜ਼ਿਆਦਾ ਹੋਰ ਸਪੋਰਟ ਦੇਣ। ਕਿਉਂਕਿ ਜਿਹੜਾ ਕੈਨੇਡਾ ਦਾ ਸਿਸਟਮ ਆ, ਪੋਲੀਟੀਕਲ ਸਿਸਟਮ, ਇਹਦੇ ਵਿੱਚ ਜਾਂ ਤਾਂ ਪ੍ਰਾਈਮ ਮਿਨਿਸਟਰ ਕਾਲ ਕਰ ਸਕਦਾ ਚੋਣਾਂ, ਅਤੇ ਜਾਂ ਫਿਰ ਨੋ ਕੌਨਫੀਡੈਂਸ ਵੋਟ ਪਾਰਲੀਮੈਂਟ ਦੇ ਵਿੱਚ, ਹਾਊਸ ਆਫ ਕਾਮਨ ਦੇ ਵਿੱਚ ਜਦੋਂ ਵੋਟ ਪੈਂਦੀ ਹੈ, ਅਤੇ ਗਵਰਨਮੈਂਟ ਨੂੰ ਸਰਟਨ ਬਿੱਲਸ ਦੇ ਉੱਤੇ ਜਾਂ ਸਰਟਨ ਇਸ਼ੂਜ਼ ਦੇ ਉੱਤੇ ਸਪੋਰਟ ਨਾ ਮਿਲੇ, ਅਤੇ ਉਹਦੇ ਨਾਲ ਨੋ ਕੌਨਫੀਡੈਂਸ ਮੋਸ਼ਨ ਕਹਿੰਦੇ ਨੇ, ਉਹਦੇ ਨਾਲ ਗਵਰਨਮੈਂਟ ਸਿੱਟੀ ਜਾ ਸਕਦੀ ਹੈ। ਸੋ ਗਵਰਨਮੈਂਟ ਨੋ ਕੌਨਫੀਡੈਂਸ ਵੋਟ 'ਤੇ ਇਸ ਕਰਕੇ ਨਹੀਂ ਡਿੱਗਦੀ ਕਿਉਂਕਿ ਲਿਬਰਲ ਸਰਕਾਰ ਦੀ NDP ਸਪੋਰਟ ਕਰਦੀ ਹੈ। ਹੁਣ NDP ਦੇ ਲੀਡਰ ਨੂੰ ਇਹ ਚਿੱਠੀ ਲਿਖਣ ਦੇ ਨਾਲ ਨਾਲ ਉਹਨਾਂ ਨੇ ਇਹ ਕਿਹਾ ਕਿ ਸਪਟੰਬਰ ਦੇ ਵਿੱਚ ਨੋ ਕੌਨਫੀਡੈਂਸ ਮੋਸ਼ਨ ਗਵਰਨਮੈਂਟ ਦੇ ਖਿਲਾਫ ਰੱਖਿਆ ਜਾਵੇ ਕਾਰਬਨ ਟੈਕਸ ਦੇ ਉੱਤੇ। ਹੁਣ ਜੇ ਕਾਰਬਨ ਟੈਕਸ ਦੇ ਉੱਤੇ ਰੱਖਣਾ ਮੋਸ਼ਨ, ਤਾਂ ਨੈਚੁਰਲੀ NDP ਤਾਂ ਲਿਬਰਲ ਦੀ ਸਪੋਰਟ ਕਰੇਗੀ ਕਿਉਂਕਿ NDP ਦੀ ਵੀ ਉਹੀ ਪੋਜੀਸ਼ਨ ਆ ਅਤੇ ਲਿਬਰਲ ਦੀ ਵੀ ਉਹੀ ਪੋਜੀਸ਼ਨ ਆ ਤਕਰੀਬਨ। ਜੇ ਕੋਈ ਹੋਰ ਮੋਸ਼ਨ ਹੁੰਦਾ ਸ਼ਾਇਦ NDP ਦੇ ਲੀਡਰ ਇਹ ਸੋਚ ਸਕਦੇ। ਸੋ ਪਹਿਲੀ ਗੱਲ ਤਾਂ ਕਿ ਲਿਬਰਲ ਅਤੇ NDP ਦਾ ਜੋ ਗੱਠਜੋੜ ਹੈ ਉਹ NDP ਡਿਕਟੇਟ ਕਰਦੀ ਹੈ, ਨਾ ਕਿ ਕੰਸਰਵੇਟਿਵ ਪਾਰਟੀ ਡਿਕਟੇਟ ਕਰਦੀ ਹੈ। ਦੂਸਰਾ ਜਿਹੜਾ ਇਹ ਮੋਸ਼ਨ ਦਾ ਇਸ਼ੂ ਹੈ, ਇਹ ਵੀ ਇੱਕ ਮੁੱਦਾ ਬਣ ਸਕਦਾ ਜਿਹਦੇ ਕਰਕੇ NDP ਲਿਬਰਲ ਦੀ ਸਪੋਰਟ ਕਰੇ। ਇਸ ਤੋਂ ਇਲਾਵਾ ਚਿੱਠੀ ਦੇ ਵਿੱਚ ਪੀਅਰ ਪੋਲਿਵ ਨੇ ਇਹ ਵੀ ਲਿਖਿਆ ਕਿ ਇਹ ਇੱਕ ਕੋਸਟਲੀ ਕੋਲੀਸ਼ਨ ਹੈ ਅਤੇ ਨੋ ਵਨ ਵੋਟਡ ਫਾਰ ਯੂ ਟੂ ਕੀਪ ਟਰੂਡੋ ਇਨ ਪਾਵਰ। ਉਹਨਾਂ ਨੇ ਸਰਦਾਰ ਜਗਮੀਤ ਸਿੰਘ ਨੂੰ ਇਹ ਚੀਜ਼ ਲਿਖੀ ਹੈ ਜੀ। ਹੁਣ ਦੂਸਰੇ ਪਾਸੇ ਨਾਲ ਉਹਨਾਂ ਨੇ ਇੱਕ ਤੁਹਮਤ ਵੀ ਲਾਈ ਹੈ, ਉਹ ਇਹ ਕਿ ਜੇ ਤੁਸੀਂ ਨਹੀਂ ਕਰਦੇ ਸਪੋਰਟ ਇਸ ਮੋਸ਼ਨ ਦੀ, ਤਾਂ ਤੁਹਾਨੂੰ ਜ਼ਿੰਦਗੀ ਦੇ ਵਿੱਚ ਹਮੇਸ਼ਾ ਦੇ ਲਈ ਲੋਕ ਕਿਆ ਕਰਨਗੇ, ਸੈੱਲ ਆਊਟ ਸਿੰਘ। ਸੋ ਇਹ ਇੱਕ ਅਜਿਹਾ ਟੌਂਟ ਹੈ ਕਿ ਉਹ ਇਸ ਨੂੰ ਇਸ ਕਰਕੇ ਨਹੀਂ ਵੋਟ ਪਾਉਣਗੇ ਕਿ ਮੈਨੂੰ ਲੋਕ ਇਹ ਨਾ ਕਹਿਣ ਜੀ। ਸੋ ਇਹ ਇੱਕ ਹੋਰ ਉਹਦਾ ਮਤਲਬ ਰਸਤੇ ਦਾ ਇੱਕ ਰੋੜਾ ਅਟਕਦਾ। ਇਸ ਤੋਂ ਇਲਾਵਾ ਪੀਟਰ ਜੂਲੀਅਨ ਜਿਹੜੇ NDP ਦੇ ਹਾਊਸ ਲੀਡਰ ਨੇ, ਉਹਨਾਂ ਨੇ ਕਿਹਾ ਕਿ ਉਹਨਾਂ ਨੇ ਡੀਲ ਹੈ ਜਿਹੜੀ ਇਹ ਟੇਬਲ 'ਤੇ ਹੈ, ਪਰ ਇਹ ਸਰਦਾਰ ਜਗਮੀਤ ਸਿੰਘ ਵੱਲੋਂ ਹੈ। ਸੋ ਇਹਦਾ ਮਤਲਬ ਇਹ ਹੈ ਕਿ ਉਹਨਾਂ ਨੇ ਆਪਣੇ ਹੱਥ ਝਾੜ ਦਿੱਤੇ ਕਿ ਇਟਸ ਆਲਵੇਜ਼ ਔਨ ਟੇਬਲ ਫਾਰ ਜਗਮੀਤ ਸਿੰਘ ਟੂ ਡਿਸਾਈਡ। ਅਤੇ NDP ਦੇ ਜਿਹੜੇ ਕਾਰਕੁਨ ਨੇ ਪਾਰਟੀ ਦੇ ਪੋਲਿਸੀ ਨੂੰ ਡਿਕਟੇਟ ਕਰਦੇ ਨੇ, ਬੈਕਗਰਾਊਂਡ ਬੋਆਇਜ਼ ਕਹਿ ਲਓ ਜਾਂ ਗਰਲਸ, ਉਹਨਾਂ ਨੇ ਕਿਹਾ ਕਿ ਪੀਅਰ ਪੋਲਿਵ ਡਿਕਟੇਟ ਨਹੀਂ ਕਰ ਸਕਦੇ। ਅਤੇ ਇਸ ਦੇ ਨਾਲ ਜਿਹੜੇ ਹੈਲਥ ਕੇਅਰ, ਫਾਰਮਾ ਕੇਅਰ, ਪੈਨਸ਼ਨ, ਇੰਪਲਾਇਮੈਂਟ ਇੰਸ਼ੋਰੈਂਸ, ਉਹਨਾਂ ਦੇ ਉੱਤੇ ਅਸਰ ਪਏਗਾ। ਸੋ ਇਸ ਕਰਕੇ ਉਹਨਾਂ ਨੇ ਪਹਿਲਾਂ ਹੀ ਆਪਣੀ ਜਿਹੜੀ ਡਿਫੈਂਸਿਵ ਆਰਗੂਮੈਂਟ ਦੇਣੀ ਸ਼ੁਰੂ ਕਰ ਦਿੱਤੀ। ਸੋ ਇਸ ਕਰਕੇ ਮੈਂ ਕਹਿ ਰਿਹਾ ਕਿ ਇੱਕ ਹੌਟ ਏਅਰ
ਹਵਾ ਦੇ ਵਿੱਚ ਰਹਿਣ ਵਾਲਾ ਤੀਰ ਆ, ਨਿਸ਼ਾਨੇ 'ਤੇ ਲੱਗਣ ਦੇ ਚਾਂਸ ਘੱਟ ਨੇ ਜੀ। ਪਰ ਇੱਕ ਜਿਹੜਾ ਹੋਰ ਵਾਰ ਵਾਰ ਕੰਜ਼ਰਵੇਟਿਵ ਪਾਰਟੀ ਵੱਲੋਂ ਦੋਸ਼ ਲਗਾਇਆ ਜਾ ਰਿਹਾ ਹਰੇਕ ਲੈਵਲ 'ਤੇ, ਭਾਵੇਂ ਉਹ ਪਾਰਟੀ ਲੀਡਰ ਹੋਣ ਜਾਂ ਵੱਖ ਵੱਖ ਪਾਰਟੀ ਜਿਹੜੇ ਕ੍ਰਿਟਿਕ ਹੈ ਪਾਰਲੀਮੈਂਟ ਦੇ ਵਿੱਚ, ਉਹਨਾਂ ਵੱਲੋਂ ਇਹ ਦੋਸ਼ ਲਗਾਏ ਜਾ ਰਹੇ ਆ ਕਿ ਜਗਮੀਤ ਸਿੰਘ ਹੁਣੀ ਫਰਵਰੀ ਮਹੀਨੇ ਦੀ ਉਡੀਕ ਕਰ ਰਹੇ ਆ ਜਦੋਂ ਉਹਨਾਂ ਦੀ ਜਿਹੜੀ ਪੈਨਸ਼ਨ ਲਗਭਗ 2 ਮਿਲੀਅਨ ਤੋਂ ਜ਼ਿਆਦਾ ਲੱਗ ਜਾਣੀ ਹੈ, ਅਤੇ ਜਿੱਦਣ ਹੀ ਉਹ ਪੈਨਸ਼ਨ ਵਾਲਾ ਰਾਹ ਪੱਧਰਾ ਹੋ ਗਿਆ ਜਗਮੀਤ ਸਿੰਘ, ਉੱਦਣ ਜਿਹੜੇ ਆ ਜਸਟਿਨ ਟਰੂਡੋ ਹੁਣਾਂ ਦੀ ਸਰਕਾਰ ਨੂੰ ਦਿੱਤੇ ਸਮਰਥਨ ਵਾਲਾ ਹੱਥ ਉਹ ਵਾਪਸ ਖਿੱਚ ਲੈਣਗੇ। ਦੇਖੋ ਇਹ ਹਮੇਸ਼ਾ ਐਲੀਗੇਸ਼ਨ ਲੱਗਦੀ ਹੈ, ਅਕਸਰ ਇਹ ਇੰਪ੍ਰੈਸ਼ਨ ਕ੍ਰੀਏਟ ਕੀਤਾ ਜਾਂਦਾ ਕਿ ਜਿਹੜੀ ਐਮ ਪੀਜ਼ ਨੂੰ ਪੈਨਸ਼ਨ ਮਿਲਦੀ ਹੈ ਉਹ ਇੱਕ ਮਤਲਬ ਖਾਮ ਖਾਂ ਦੀ ਉਹਨਾਂ ਦੇ ਲਈ ਬੈਨੀਫਿਟ ਹੈ, ਪਰ ਇਹ ਲੋਕ ਭੁੱਲ ਜਾਂਦੇ ਨੇ ਕਿ ਜਿਹੜੇ ਬਾਕੀ ਦੇ ਇੰਪਲੋਇਰਸ ਨੇ ਜਾਂ ਇੰਪਲੋਈਜ਼ ਨੇ ਦੁਨੀਆ 'ਚ ਹੋਰ ਕਿਸੇ ਵੀ ਕਿੱਤੇ 'ਚ ਕੰਮ ਕਰਦੇ ਉਹਨਾਂ ਨੂੰ ਵੀ ਪੈਨਸ਼ਨ ਮਿਲਦੀ ਹੈ। ਅਤੇ ਪਰ ਜਿਹੜੀ ਪੈਨਸ਼ਨ ਹੈ ਮੈਂਬਰਸ ਆਫ ਪਾਰਲੀਮੈਂਟ ਦੀ ਉਹ ਜਾਂ ਤਾਂ 2 ਟਰਮਾਂ ਤੋਂ ਬਾਅਦ ਅਤੇ ਜਾਂ 6 ਸਾਲ ਦੀ ਸਰਵਿਸ ਤੋਂ ਬਾਅਦ ਮਿਲਦੀ ਹੈ। ਪੀਅਰ ਪੌਲਵ ਨੇ 2004 'ਚ ਪਹਿਲੀ ਵਾਰ ਇਲੈਕਟ ਹੋਏ ਸੀ, ਇਸ ਕਰਕੇ ਉਹਨਾਂ ਦੀ ਪੈਨਸ਼ਨ 2010 'ਚ ਡਿਊ ਹੋ ਗਈ। ਜਦੋਂ ਉਹ 55 ਸਾਲ ਦੇ ਹੋਣਗੇ ਤਾਂ ਉਹ ਪੈਨਸ਼ਨ ਦੇ ਹੱਕਦਾਰ ਹੋ ਸਕਦੇ ਨੇ। ਅਤੇ ਬਾਕੀ ਦੇ ਬਹੁਤ ਹੋਰ ਐਮ ਪੀ ਵੀ ਨੇ ਜਿਹੜੇ ਨਵੇਂ ਇਲੈਕਟ ਹੋਏ ਨੇ, ਇਕੱਲੇ ਸਰਦਾਰ ਜਗਮੀਤ ਸਿੰਘ ਨਹੀਂ, ਇਸ ਤੋਂ ਇਲਾਵਾ ਹੋਰ ਵੀ ਕਈ ਬਹੁਤ ਮਜੋਰਿਟੀ ਐਮ ਪੀਜ਼ ਦੀ ਹੈ ਜਿਨ੍ਹਾਂ ਦੀਆਂ 2 ਟਰਮਾਂ ਪੂਰੀਆਂ ਨਹੀਂ ਹੋਈਆਂ। ਜੇ ਜਗਮੀਤ ਸਿੰਘ ਹੱਕ ਦੇ ਵਿੱਚ ਵੋਟ ਪਾਉਣ ਦੇ ਲਈ ਵਿਲਿੰਗ ਵੀ ਹੋਣ, ਚਾਹਵਾਨ ਵੀ ਹੋਣ, ਪਰ ਹੋਰ ਬਹੁਤ ਐਮ ਪੀ ਨੇ, ਚਾਹੇ ਉਹ ਕੰਸਰਵੇਟਿਵ ਦੇ ਨੇ, ਚਾਹੇ ਲਿਬਰਲ ਦੇ ਨੇ, ਚਾਹੇ ਐਨ ਡੀ ਪੀ ਦੇ ਨੇ ਜਾਂ ਬਲੋਕ ਕਬੈਕਵਾ ਦੇ ਨੇ, ਉਹਨਾਂ ਦੇ ਬੈਕ ਆਫ ਦਾ ਮਾਇੰਡ ਪੈਨਸ਼ਨ ਦੀ ਜਿਹੜੀ ਟਰਮ ਹੈ ਉਹਨਾਂ ਦੇ ਹੋ ਸਕਦਾ ਸਾਰਿਆਂ ਦੇ ਮਨ ਦੇ ਵਿੱਚ ਹੋਵੇ। ਇਹ ਇੱਕ ਪੋਲੀਟੀਕਲ ਪਾਰਟੀ ਨੂੰ ਨਹੀਂ ਕਿਹਾ ਜਾ ਸਕਦਾ ਕਿ ਉਹਨਾਂ ਦੀ ਪੈਨਸ਼ਨ ਕਰਕੇ ਇਹ ਰੁਕਿਆ ਹੋਇਆ, ਬਾਕੀ ਪੋਲੀਟੀਕਲ ਪਾਰਟੀਆਂ ਦੇ ਵਿੱਚ ਜਿਹੜੇ ਮੈਂਬਰਸ ਆਫ ਪਾਰਲੀਮੈਂਟ ਨੇ ਉਹਨਾਂ ਦੀ ਪੈਨਸ਼ਨ ਵੀ ਸਟੇਕ 'ਤੇ ਹੁੰਦੀ ਹੈ ਜੀ। ਪਰ ਜੇ ਹੁਣ ਜਿਵੇਂ ਜਿਵੇਂ ਸਮਾਂ ਨੇੜੇ ਆ ਰਿਹਾ, ਭਾਵੇਂ ਕਿ ਅਗਲੇ ਸਾਲ ਅਕਤੂਬਰ ਵਿੱਚ ਚੋਣਾਂ ਡਿਊ ਨੇ, ਪਰ ਜਿਹੜੀ ਬਿਆਨਬਾਜ਼ੀ ਹੈ, ਤਿੱਖੀ ਬਿਆਨਬਾਜ਼ੀ, ਉਹ ਸ਼ੁਰੂ ਹੋ ਗਈ ਹੈ ਦੋਵੇਂ ਪਾਸਿਆਂ ਤੋਂ। ਕਈ ਵਾਰ ਤੰਜ਼ ਕੱਸਦੇ ਨੇ ਪੀਅਰੇ ਪੋਲੀਵਰ ਜਸਟਿਨ ਟਰੂਡੋ 'ਤੇ, ਅਤੇ ਜਸਟਿਨ ਟਰੂਡੋ ਹੋਣਾਂ ਨੇ ਹੁਣ ਉਹਨਾਂ ਨੂੰ ਕਹਿ ਦਿੱਤਾ ਕਿ ਪੀਅਰੇ ਪੋਲੀਵਰ ਜਾਲੀ ਕਿਰਦਾਰ ਵਾਲੇ ਵਿਅਕਤੀ ਨੇ। ਇਹ ਜਿਹੜੀਆਂ ਹੁਣ ਸ਼ਬਦਾਵਲੀ ਜਿਸ ਤਰ੍ਹਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਵੱਖ ਵੱਖ ਸਿਆਸੀ ਆਗੂਆਂ ਵੱਲੋਂ, ਇਹਨੂੰ ਕੈਨੇਡੀਅਨ ਪੋਲੀਟੀਕਲ ਸਿਸਟਮ ਦੇ ਵਿੱਚ ਕਿਸ ਨਜ਼ਰੀਏ ਨਾਲ ਵੇਖਿਆ ਜਾਵੇਗਾ? ਦੇਖੋ ਜੇ ਅਸੀਂ ਇਹਦੀ ਤੁਲਨਾ ਕਰਦੇ ਹਾਂ ਅਮਰੀਕਾ ਦੀਆਂ ਹੋ ਰਹੀਆਂ ਚੋਣਾਂ ਦੇ ਵਿੱਚ, ਉੱਥੇ ਵੀ ਇਸ ਤਰੀਕੇ ਨਾਲ ਚੱਲਦਾ, ਅਤੇ ਕੈਨੇਡਾ ਦੇ ਵਿੱਚ ਆਮ ਤੌਰ 'ਤੇ ਜਿਹੜੀ ਪੋਲੀਟੀਕਲ ਕੈਂਪੇਨਸ ਨੇ ਬੜੀਆਂ ਸਾਫ਼ ਸੁਥਰੀਆਂ ਹੁੰਦੀਆਂ ਸਨ, ਪਰ ਕਹਿੰਦੇ ਨੇ ਕਿ ਪਿਛਲੀਆਂ ਕੁਛ ਚੋਣਾਂ ਤੋਂ ਬਾਅਦ, ਅਮਰੀਕਾ ਦੀਆਂ ਚੋਣਾਂ ਤੋਂ ਬਾਅਦ ਕੈਨੇਡਾ ਦੇ ਵਿੱਚ ਵੀ ਉਹੀ ਰੰਗ ਦਿਖਾਈ ਦੇ ਰਿਹਾ। ਵੈਸੇ ਤਾਂ ਦੁਨੀਆ ਦੇ ਵਿੱਚ ਸਾਰੀ ਪੋਲੀਟਿਕਸ ਹੀ ਗੰਧਲੀ ਹੋ ਚੁੱਕੀ ਹੈ, ਕੈਨੇਡਾ ਦੇ ਵਿੱਚ ਵੀ ਗੰਧਲੀ ਪੋਲੀਟਿਕਸ ਹੈ। ਜਦੋਂ ਪਹਿਲਾਂ ਐਲੀਗੇਸ਼ਨ ਇਹ ਲੱਗਦੇ ਸਨ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਦੇ ਉੱਪਰ ਕਿ ਉਹਨਾਂ ਦਾ ਤਜ਼ਰਬਾ ਸਿਰਫ ਪਾਰਲੀਮੈਂਟ ਦੇ ਵਿੱਚ ਹੀ ਹੈ, ਬਾਹਰਲਾ ਤਜ਼ਰਬਾ ਹੈ ਨਹੀਂ, ਫਿਰ ਉਹਨਾਂ ਦੇ ਐਲੀਗੇਸ਼ਨ ਲੱਗਦੇ ਸਨ ਕਿ ਉਹ ਸੋਲੂਸ਼ਨ ਓਰੀਐਂਟਡ ਅਪਰੋਚ ਨਾਲ ਨਹੀਂ ਆ ਰਹੇ, ਸਿਰਫ ਕ੍ਰਿਟੀਸਾਈਜ਼ ਹੀ ਕਰਦੇ ਨੇ, ਗੁੱਸੇ 'ਚ ਆ ਕੇ ਲਿਬਰਲ ਪਾਰਟੀ ਨੇ ਦੇ ਉੱਤੇ ਐਲੀਗੇਸ਼ਨਾਂ ਲਾਉਂਦੇ ਨੇ ਕਿ ਲਿਬਰਲ ਪਾਰਟੀ ਨੇ ਕੈਨੇਡਾ ਨੂੰ ਤੋੜਤਾ, ਕੈਨੇਡਾ ਟੁੱਟਿਆ ਹੋਇਆ, ਬਰੋਕਨ ਕੈਨੇਡਾ ਵਗੈਰਾ ਵਗੈਰਾ। ਅਤੇ ਹੁਣ ਜਿਹੜੀ ਇਹ ਐਲੀਗੇਸ਼ਨ ਲੱਗ ਰਹੀਆਂ ਨੇ ਇਹ ਵੀ ਸੁਭਾਵਿਕ ਨੇ, ਜਿਉਂ ਜਿਉਂ ਚੋਣਾਂ ਨੇੜੇ ਆਉਣਗੀਆਂ ਤਿਉਂ ਤਿਉਂ ਚੋਣਾਂ ਦਾ ਮੈਦਾਨ ਗਰਮਾਇਆ ਜਾਊਗਾ ਅਤੇ ਨਾਲ ਦੀ ਨਾਲ ਅਜਿਹੀਆਂ ਐਲੀਗੇਸ਼ਨ ਦੇਖਣ ਨੂੰ ਮਿਲਣਗੀਆਂ ਜੀ। ਹੁਣ ਜੇਕਰ ਪੀਅਰੇ ਪੋਲੀਵਰ ਜਿਸ ਤਰ੍ਹਾਂ ਉਹਨਾਂ ਵੱਲੋਂ ਜਗਮੀਤ ਸਿੰਘ ਨੂੰ ਚਿੱਠੀ ਲਿਖ ਦਿੱਤੀ ਗਈ ਅਤੇ ਉਸ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਵੀ ਕਰ ਦਿੱਤੀ ਗਈ, ਮੀਡੀਆ ਨੂੰ ਮੁਖਾਤਬ ਵੀ ਹੋਏ, ਤੁਹਾਨੂੰ ਲੱਗਦਾ ਹੈ ਕਿ ਜੋ ਸਥਿਤੀ ਬਣ ਰਹੀ ਹੈ ਪੂਰੇ ਕੈਨੇਡਾ ਦੇ ਵਿੱਚ, ਕਿਉਂਕਿ ਅੱਜ ਦੀ ਡੇਟ ਦੇ ਵਿੱਚ ਜਿਹੜੇ ਰੇਟਿੰਗਸ ਆ ਰਹੀਆਂ ਨੇ, ਜਿਹੜੇ ਸਰਵੇ ਆ ਰਹੇ ਆ, ਉਹਦੇ ਵਿੱਚ ਪੀਅਰੇ ਪੋਲੀਵਰ ਅਤੇ ਉਹਨਾਂ ਦੀ ਪਾਰਟੀ ਜਿਹੜੀ ਹੈ ਜਸਟਿਨ ਟਰੂਡੋ ਹੁਣਾਂ ਨਾਲੋਂ
ਕਾਫੀ ਅੱਗੇ ਨਿਕਲਦੀ ਹੋਈ ਦਿਖਾਈ ਦੇ ਰਹੀ ਹੈ ਤੇ ਉਹਨਾਂ ਨੂੰ ਲੱਗਦਾ ਕਿਤੇ ਇਹ ਤਾਂ ਨਾ ਲੱਗਦਾ ਹੋਵੇਗਾ ਕਿ ਜਿਹੜੇ ਮੌਜੂਦਾ ਸਰਵੇ ਆ ਰਹੇ ਆ ਜੇ ਇਸੇ ਅਨੁਸਾਰ ਅੱਜ ਚੋਣਾਂ ਹੋ ਜਾਂਦੀਆਂ ਨੇ ਤੇ ਉਹਨਾਂ ਵਾਸਤੇ ਜਿੱਤਣਾ ਬਹੁਤ ਆਸਾਨ ਹੋਵੇਗਾ ਤੇ ਜੇ ਹੋਰ ਵਕਤ ਮਿਲਦਾ ਤੇ ਹੋ ਸਕਦਾ ਕਿ ਲਿਬਰਲ ਪਾਰਟੀ ਬਾਊਂਸ ਬੈਕ ਕਰੇ। ਦੇਖੋ ਬਿਲਕੁਲ ਤੁਸੀਂ ਯੂ ਹਿੱਟ ਦਾ ਨੇਲ ਔਨ ਦਾ ਹੈਡ। ਦੇਖੋ ਜਿਹੜਾ ਇਹ ਇਸ਼ੂ ਆ ਐਕਚੁਲੀ ਇੱਕੋ ਇਸ਼ੂ ਜੇ ਕਿਹਾ ਜਾਵੇ ਤਾਂ ਹੈ ਹੀ ਇਹੀ ਇਸ਼ੂ ਕਿ ਉਹ ਕੰਜ਼ਰਵੇਟਿਵ ਪਾਰਟੀ ਪੋਲ ਦੇ ਵਿੱਚ ਕਾਫੀ ਹਾਈ ਹੈ, ਲੰਬੇ ਸਮੇਂ ਤੋਂ ਹਾਈ ਹੈ ਅਤੇ ਲਿਬਰਲ ਦੇ ਉੱਤੇ ਲੋਕ ਖਿਜੇ ਹੋਏ ਨੇ, ਪਰ ਲਿਬਰਲ ਸਰਕਾਰ ਵੀ ਹੁਣੇ ਹੁਣੇ ਜਾਗੀ ਲੱਗਦੀ ਹੈ। ਉਹਨਾਂ ਨੇ ਕਈ ਅਜਿਹੇ ਡਿਸੀਜ਼ਨ ਲਏ ਨੇ ਖਾਸ ਤੌਰ 'ਤੇ ਇਮੀਗ੍ਰੇਸ਼ਨ ਦੇ ਉੱਪਰ, ਹਾਊਸਿੰਗ ਦੇ ਉੱਪਰ ਜਾਂ ਹੋਰ ਕਈ ਇਸ਼ੂਜ਼ ਇੱਦਾਂ ਦੇ, ਇਕਾਨਮੀ ਦੇ ਉੱਪਰ, ਕੋਸਟ ਆਫ ਲਿਵਿੰਗ ਦੇ ਉੱਪਰ। ਇੱਦਾਂ ਲੱਗ ਰਿਹਾ ਕਿ ਲਿਬਰਲ ਸਰਕਾਰ ਇਮੀਡੀਏਟਲੀ ਹੁਣ ਇਹਨਾਂ ਕੁਛ ਦਿਨਾਂ ਤੋਂ ਬਾਅਦ ਅਜਿਹੇ ਐਕਸ਼ਨ ਲੈਣ ਜਾ ਰਹੀ ਹੈ ਕਿ ਜਿਹਦੇ ਨਾਲ ਉਹ ਆਪਣੇ ਆਪ ਨੂੰ, ਆਪਣੀ ਪੋਜੀਸ਼ਨ ਨੂੰ ਮਜ਼ਬੂਤ ਕਰਨ ਅਤੇ ਅਜਿਹੇ ਡਿਸੀਜ਼ਨ ਲੈ ਕੇ ਲੋਕਾਂ ਦਾ ਜਿਹੜਾ ਕ੍ਰਿਟੀਸਿਜ਼ਮ ਹੈ ਉਹਨੂੰ ਕਾਊਂਟਰ ਕਰਨ, ਭਾਵੇਂ ਉਹਨਾਂ ਨੂੰ ਹਾਰਸ਼ ਲਾਈਨ ਦੀ ਪੋਜੀਸ਼ਨ ਲੈਣੀ ਪਵੇ, ਭਾਵੇਂ ਉਹਨਾਂ ਨੂੰ ਆਪਣੀਆਂ ਪੋਲਿਸੀਆਂ ਨੂੰ ਰਿਵਰਸ ਕਰਨਾ ਪਵੇ ਜਿਵੇਂ ਇਮੀਗ੍ਰੇਸ਼ਨ ਦੀ ਪੋਲਿਸੀਜ਼ ਨੂੰ ਰਿਵਰਸ ਕਰ ਰਹੇ ਨੇ, ਤਾਂ ਕਿ ਉਹ ਇੱਕ ਵਾਰੀ ਫਿਰ ਸਟਰੋਂਗ ਸਟੈਂਡਿੰਗ ਲੈ ਸਕਣ। ਉਹਦੇ ਨਾਲ ਕੀ ਨਤੀਜਾ ਨਿਕਲੇਗਾ ਕਿ ਪੋਲ ਦਾ ਜਿਹੜਾ ਗੈਪ ਹੈ ਉਹ ਘਟੇਗਾ, ਜਦੋਂ ਉਹ ਗੈਪ ਘਟੇਗਾ ਤਾਂ ਕੰਜ਼ਰਵੇਟਿਵ ਪਾਰਟੀ ਦੇ ਲਈ ਟਫ ਹੁੰਦਾ ਜਾਏਗਾ। ਸੋ ਇਸ ਕਰਕੇ ਮੌਕੇ ਦਾ ਫਾਇਦਾ ਉਠਾਉਣ ਦੇ ਲਈ ਇਸ ਵੇਲੇ ਜਿਹੜਾ ਕੰਜ਼ਰਵੇਟਿਵ ਪਾਰਟੀ ਦਾ ਅਪਰ ਹੈਂਡ ਹੈ ਅਤੇ ਉਹ ਮੌਕਾ ਖੁੰਝਣ ਨਹੀਂ ਦੇਣਾ ਚਾਹੁੰਦੇ, ਇਸੇ ਕਰਕੇ ਉਹਨਾਂ ਨੇ ਇਹ ਪੋਜੀਸ਼ਨ ਲਈ ਹੈ ਅਤੇ ਚਿੱਠੀ ਲਿਖਣ ਦਾ ਹੌਂਸਲਾ ਕੀਤਾ। ਹਾਲਾਂਕਿ ਚਿੱਠੀ ਉਹਨਾਂ ਨੂੰ, ਹੋ ਸਕਦਾ ਕਿ ਉਹਦਾ ਚਿੱਠੀ ਦਾ ਬੈਕਲੈਸ਼ ਜਾਂ ਚਿੱਠੀ ਪੁੱਠੀ ਵੀ ਪੈ ਜਾਵੇ ਕਿਉਂਕਿ ਕੰਜ਼ਰਵੇਟਿਵ ਪਾਰਟੀ ਨੇ ਵੀ ਕੋਈ ਸਲਿਊਸ਼ਨ ਓਰੀਐਂਟਡ ਅਪਰੋਚ ਅਜੇ ਲੈ ਕੇ ਨਹੀਂ ਆਉਂਦੀ, ਪਲੱਸ NDP ਨੂੰ ਪੈਨਸ਼ਨ ਦਾ ਬਹਾਨਾ ਲਾ ਕੇ ਜਾਂ ਉਹਨਾਂ ਨੂੰ ਸੈਲ ਆਊਟ ਸਿੰਘ ਕਹਿ ਕੇ ਅਜਿਹੀਆਂ ਜਿਹੜੀਆਂ ਤੁਮਤਾਂ ਨੇ ਉਹਨਾਂ ਦਾ ਹੋ ਸਕਦਾ ਕੋਈ ਬੈਕਲੈਸ਼ ਵੀ ਹੋ ਜਾਵੇ। ਜਸਟਿਨ ਟਰੂਡੋ ਦੀ ਅਗਵਾਈ ਵਾਲੀ ਲਿਬਰਲ ਸਰਕਾਰ ਵੱਲੋਂ ਪਿਛਲੇ ਕੁਛ ਦਿਨਾਂ ਵਿੱਚ ਜੋ ਫੈਸਲੇ ਲਏ ਗਏ ਨੇ ਬੜੇ ਸਖ਼ਤ ਫੈਸਲੇ, ਉਹਨਾਂ ਨੂੰ ਮੰਨਿਆ ਜਾ ਰਿਹਾ ਕਿ ਜੋ ਗਲਤੀਆਂ ਸ਼ਾਇਦ ਹੋਈਆਂ ਨੇ ਸਰਕਾਰ ਕੋਲੋਂ ਅਤੇ ਸਰਕਾਰ ਹੁਣ ਉਹਨਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰ ਰਹੀ ਹੈ ਜਾਂ ਦੇਸ਼ ਦੇ ਲੋਕਾਂ ਦੇ ਮਨਾਂ ਦੇ ਵਿੱਚ ਜੋ ਸਰਕਾਰ ਪ੍ਰਤੀ ਇੱਕ ਗੁੱਸਾ ਕਹਿ ਸਕਦੇ ਹਾਂ, ਜੋ ਉਸ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਮੀਗ੍ਰੇਸ਼ਨ ਦੇ ਵੱਲ ਆਉਂਦੇ ਹਾਂ, ਇਮੀਗ੍ਰੇਸ਼ਨ ਨਾਲ ਰਿਲੇਟਡ 2-3 ਵੱਡੇ ਫੈਸਲੇ ਆ ਚੁੱਕੇ ਨੇ। ਪਹਿਲਾਂ ਤਾਂ ਫੈਸਲਾ ਆਇਆ ਜਿਹੜੇ ਵਿਦੇਸ਼ੀ ਕਾਮੇ ਜਾਂ ਜਿਹੜੇ ਅਸੀਂ ਕਹਿੰਦੇ ਹਾਂ ਫੋਰਨ ਟੈਂਪਰੇਰੀ ਵਰਕਰਸ, ਉਹਨਾਂ ਵਾਸਤੇ ਇੱਕ ਫੈਸਲਾ ਆ ਗਿਆ ਅਤੇ ਉਸ ਤੋਂ ਬਾਅਦ ਬੀਤੇ ਦਿਨ ਅਚਾਨਕ ਇਹ ਫੈਸਲਾ ਆ ਜਾਂਦਾ ਕਿ ਜਿਹੜੇ ਵਿਦ ਇਨ ਕੈਨੇਡਾ ਵਿਜ਼ਟਰ ਨੇ ਉਹ 28 ਅਗਸਤ ਤੋਂ ਵਰਕ ਪਰਮਿਟ ਵਾਸਤੇ ਕੈਨੇਡਾ ਵਿੱਚ ਰਹਿ ਕੇ ਅਪਲਾਈ ਨਹੀਂ ਕਰ ਸਕਣਗੇ। ਇਹ ਜਿਹੜੇ ਦੋਨੇ ਇਮੀਗ੍ਰੇਸ਼ਨ ਨਾਲ ਸੰਬੰਧਿਤ ਫੈਸਲੇ ਆਏ ਆ, ਇਹਦਾ ਕਿੰਨਾ ਕੁ ਅਸਰ ਪਊਗਾ ਜਾਂ ਸਿਰਫ ਇਹਦੀਆਂ ਕਈ ਚੋਰ ਮੋਰੀਆਂ ਵੀ ਨਿਕਲ ਆਉਂਦੀਆਂ ਨੇ? ਦੇਖੋ ਤੁਹਾਡੀ ਜਿੰਨੀਆਂ ਗੱਲਾਂ ਕਹੀਆਂ ਸਾਰੀਆਂ ਸਹੀ ਨੇ। ਪਹਿਲਾਂ ਤਾਂ ਮੈਂ ਪੋਲੀਟੀਕਲ ਕਮੈਂਟ ਕਰਦਾ ਕਿ ਲਿਬਰਲ ਸਰਕਾਰ ਸ਼ਾਇਦ ਇਸ ਇਸ਼ੂ ਦੇ ਵਿੱਚ ਬਿਲੀਵ ਕਰਦੀ ਹੈ ਕਿ ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰੇ ਆ ਜਾਏ ਤਾਂ ਉਹਨੂੰ ਭੁੱਲਿਆ ਨਹੀਂ ਆਖੀਦਾ। ਸੋ ਜੇ ਉਹਨਾਂ ਨੇ ਆਪਣੀ ਕੀਤੀਆਂ ਹੋਈਆਂ ਗਲਤੀਆਂ ਨੂੰ ਕਰੈਕਟ ਕਰ ਲਿਆ ਅਤੇ ਫਿਰ ਸਮਾਂ ਹੋਇਆ ਥੋੜ੍ਹਾ ਜਿਹਾ ਅਜੇ ਅਗਲੇ ਸਾਲ ਇਲੈਕਸ਼ਨਾਂ ਤੱਕ, ਤਾਂ ਲੋਕ ਉਹਨਾਂ ਨੂੰ ਸ਼ਾਇਦ ਮਾਫ਼ ਕਰ ਦੇਣ ਅਤੇ ਲੋਕ ਉਹਨਾਂ ਨੂੰ ਸੁਧਾਰੇ ਹੋਏ ਕੰਮਾਂ ਦੇ ਲਈ ਕ੍ਰੈਡਿਟ ਵੀ ਦੇ ਦੇਣ। ਸੋ ਇਸ ਕਰਕੇ ਇੱਕ ਤਾਂ ਇਹ ਚੀਜ਼ ਪੋਸੀਬਲ ਹੈ। ਦੂਸਰੇ ਪਾਸੇ ਜਿਹੜੀਆਂ ਅਨਾਊਂਸਮੈਂਟਸ ਆਈਆਂ ਨੇ ਇਹ ਵਾਕਈ ਸਨਸਨੀਖੇਜ਼ ਨੇ। ਪਹਿਲਾਂ ਤਾਂ ਇਹ ਕਿ 26 ਸਤੰਬਰ ਤੋਂ ਕੋਈ ਵੀ ਵਿਅਕਤੀ ਜਿਹੜਾ ਕੈਨੇਡਾ ਦੇ ਵਿੱਚ ਰਹਿੰਦਾ ਉਹ ਵਿਜ਼ਟ ਵਰਕ ਪਰਮਿਟ ਦੇ ਲਈ ਜਿਹੜਾ ਟੈਂਪਰੇਰੀ ਰੈਜ਼ੀਡੈਂਟ ਹੈ, ਚਾਹੇ ਉਹ ਸਟੂਡੈਂਟ ਹੈ, ਚਾਹੇ ਵਰਕ ਪਰਮਿਟ ਹੋਲਡਰ ਹੈ ਜਾਂ ਵਿਜ਼ਟਰ ਹੈ, ਤਾਂ ਉਹ ਕੈਨੇਡਾ ਦੇ ਵਿੱਚ ਵਰਕ ਪਰਮਿਟ ਦੇ ਲਈ ਅਪਲਾਈ ਨਹੀਂ ਕਰ ਸਕੇਗਾ। ਦੂਸਰਾ ਕਿ ਜਿਹੜੇ 3-4 ਚੀਜ਼ਾਂ ਹੋਰ ਚੇਂਜਸ ਲਿਆਉਂਦੀਆਂ ਨੇ,
ਉਹਨਾਂ ਦੇ ਵਿੱਚ ਇਹ ਹੈ ਕਿ ਜਿੱਥੇ ਅਨਪਲਾਇਮੈਂਟ ਰੇਟ 6% ਤੋਂ ਜ਼ਿਆਦਾ ਹੋਵੇ ਕੈਨੇਡਾ ਦੇ ਕਿਸੇ ਵੀ ਰੀਜਨ ਦੇ ਵਿੱਚ, ਤਾਂ ਉੱਥੇ ਜਿਹੜਾ LMIA ਲੋਅ ਵੇਜ ਟਾਈਪ ਹੈ, ਕਿਉਂਕਿ LMIA ਦੀਆਂ 6 ਸਟਰੀਮਸ ਹੁੰਦੀਆਂ ਨੇ, ਉਹਨਾਂ ਦੇ ਵਿੱਚੋਂ ਇੱਕ ਹੁੰਦੀ ਹੈ ਲੋਅ ਵੇਜ ਸਟਰੀਮ, ਤਾਂ ਉਹਨਾਂ ਦੇ ਵਿੱਚ ਟੈਂਪਰੇਰੀ ਫੋਰਨ ਵਰਕਰ ਦੇ ਲਈ ਅਪਰੂਵਲ ਨਹੀਂ ਦਿੱਤੀ ਜਾਏਗੀ, ਭਾਵ ਕਿ LMIA ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਜਿਹੜੀ ਕਿ ਇੱਕ ਪਰਮਿਸ਼ਨ ਦਿੱਤੀ ਜਾਂਦੀ ਹੈ ਇੰਪਲੋਇਰਸ ਨੂੰ ਫੋਰਨ ਇੰਪਲਾਈਜ਼ ਹਾਇਰ ਕਰਨ ਦੇ ਲਈ, ਉਹ ਨਹੀਂ ਮਿਲੇਗੀ। ਉਹਦੇ ਵਿੱਚ ਅਜੇ ਲਾਈ ਇਹ ਚੀਜ਼ਾਂ ਬਹੁਤੀਆਂ ਕਲੀਅਰ ਤਾਂ ਨਹੀਂ ਹੋਈਆਂ, ਪਰ 99% ਆਸ ਕੀਤੀ ਜਾਂਦੀ ਹੈ ਕਿ ਉਹਦੇ 'ਚ ਕੁਛ ਐਕਸੈਪਸ਼ਨਸ ਹੋਣਗੀਆਂ। ਫੂਡ ਇੰਡਸਟਰੀ ਸੈਕਟਰ, ਐਗਰੀਕਲਚਰ, ਫੂਡ, ਫਿਸ਼ਰੀ ਜਾਂ ਕੰਸਟਰਕਸ਼ਨ ਅਤੇ ਹੈਲਥ ਕੇਅਰ, ਜਿੱਥੇ ਅਕਿਊਟ ਸ਼ੋਰਟੇਜ ਚੱਲ ਰਹੀ ਹੈ ਵਰਕਰ ਦੀ, ਉਹਨਾਂ ਨੂੰ ਸ਼ਾਇਦ ਇਸ ਦੇ ਵਿੱਚੋਂ, ਇਸ ਕੰਡੀਸ਼ਨ ਦੇ ਵਿੱਚੋਂ ਐਕਸਕਲੂਡ ਕੀਤਾ ਜਾਵੇ। ਦੂਸਰਾ ਕਿ ਲੋਅ ਵੇਜ ਜਿਹੜੀ ਹੈਗੀ ਹੈ ਸਟਰੀਮ LMIA ਦੀ, ਉਹਦੇ ਵਿੱਚ ਪਹਿਲਾਂ 2 ਸਾਲ ਦਾ ਕੰਟਰੈਕਟ ਲਈ ਇੰਪਲੋਈ ਨੂੰ ਅਲਾਓ ਕੀਤਾ ਜਾਂਦਾ ਸੀ, ਹੁਣ ਉਹ 2 ਸਾਲ ਤੋਂ ਘਟਾ ਕੇ 1 ਸਾਲ ਦੇ ਲਈ, ਭਾਵ ਲੋਅ ਵੇਜ LMIA ਸਟਰੀਮ 1 ਸਾਲ ਦੇ ਲਈ ਇਸ਼ੂ ਕੀਤੀ ਜਾਏਗੀ, ਨਾ ਕਿ 2 ਸਾਲ ਦੇ ਲਈ। ਤੀਸਰੀ ਗੱਲ ਕਿ ਕਿੰਨੇ ਇੰਪਲੋਈ ਫੋਰਨ ਵਰਕਰਸ ਨੇ ਜਿਹੜੇ ਕੋਈ ਇੰਪਲੋਇਰ ਹਾਇਰ ਕਰ ਸਕਦਾ। ਪਹਿਲਾਂ ਇਹ ਲਿਮਿਟ 20% ਦੇ ਹੁੰਦੀ ਸੀ, ਫਿਰ ਲਿਬਰਲ ਨੇ ਵਧਾ ਕੇ 30 ਤੇ ਕਰ ਦਿੱਤੀ ਕੁਛ ਇੰਡਸਟਰੀਜ਼ ਦੇ ਲਈ, ਫਿਰ ਹੁਣ 30 ਤੋਂ ਘਟਾ ਕੇ 20 ਕੀਤੀ ਗਈ, ਅਤੇ ਹੁਣ 20 ਤੋਂ ਘਟਾ ਕੇ 10% ਕੀਤੀ ਗਈ, ਭਾਵ ਜੇ ਤੁਹਾਡੇ ਕੋਲ 10 ਇੰਪਲਾਈ ਲੋਕਲ ਪਰਮਾਨੈਂਟ ਰੈਜੀਡੈਂਟ ਜਾਂ ਕੈਨੇਡੀਅਨ ਸਿਟੀਜ਼ਨ ਨੇ, ਤਾਂ ਤੁਸੀਂ 1 ਇੰਪਲਾਈ ਉਹਨਾਂ ਦੇ ਵਿੱਚੋਂ ਬਾਹਰਲਾ ਵੀ ਰੱਖ ਸਕਦੇ ਹੋ, ਫੋਰਨ ਵਾਲਾ ਵੀ। ਸੋ ਇੱਦਾਂ ਦੀਆਂ ਜਿਹੜੀਆਂ ਇਹ ਕੰਡੀਸ਼ਨਸ ਲੈ ਕੇ ਆਉਂਦੀਆਂ ਨੇ, ਉਹਦੇ ਨਾਲ ਲੋਅ ਵੇਜ ਟੈਂਪਰੇਰੀ ਫੋਰਨ ਵਰਕਰ ਦੇ ਉੱਤੇ ਬਹੁਤ ਅਸਰ ਪਏਗਾ। ਇਨ ਅਦਰ ਵਰਡਸ, ਇਹਦੇ 'ਚ ਤੁਸੀਂ ਲੂਫੋਲ ਦੀ ਗੱਲ ਕੀਤੀ ਹੈ ਜਾਂ ਚੋਰ ਮੋਰੀਆਂ ਦੀ ਗੱਲ ਕੀਤੀ ਹੈ, ਕੀ ਇਹਦੇ ਵਿੱਚ ਫਲੈਗ ਪੋਲਿੰਗ ਇਨਕਲੂਡਡ ਹੋਏਗੀ ਕਿ ਨਹੀਂ, ਉਹਦੇ ਬਾਰੇ ਹਜੇ ਗਵਰਨਮੈਂਟ ਨੇ ਕਲੀਅਰ ਨਹੀਂ ਕੀਤੀ। ਕਿਉਂਕਿ ਫਲੈਗ ਪੋਲਿੰਗ ਦਾ ਮਤਲਬ ਇਹ ਹੈ ਕਿ ਕੈਨੇਡਾ ਦੇ ਵਿੱਚ ਰਹਿੰਦੇ ਹੋਏ ਜਿਹੜੇ ਟੈਂਪਰੇਰੀ ਰੈਜੀਡੈਂਟ ਨੇ, ਵਿਜ਼ਟਰ ਵੀਜ਼ਾ ਟਾਈਪ ਜਾਂ ਸਟੂਡੈਂਟ ਟਾਈਪ ਜਾਂ ਟੈਂਪਰੇਰੀ ਫੋਰਨ ਵਰਕਰ, ਉਹ ਕੈਨੇਡਾ ਤੋਂ ਅਮਰੀਕਾ ਦੇ ਵਿੱਚ ਜਾ ਕੇ ਝੰਡੇ ਦੇ ਉੱਪਰ ਦੀ ਜਾ ਕੇ ਉਹਨਾਂ ਦੇ ਦਫ਼ਤਰ 'ਚ ਹਾਜ਼ਰੀ ਲਵਾ ਕੇ ਵਾਪਸ ਆ ਜਾਂਦੇ ਨੇ, ਉਹਨਾਂ ਨੂੰ ਕੰਸਿਡਰ ਕੀਤਾ ਜਾਂਦਾ ਹੈ ਕਿ ਉਹ ਕੈਨੇਡਾ ਤੋਂ ਬਾਹਰ ਜਾ ਕੇ ਆਏ ਨੇ। ਸਿੰਸ ਕੈਨੇਡਾ ਦੇ ਵਿੱਚ ਰਹਿੰਦੇ ਹੋਏ ਟੈਂਪਰੇਰੀ ਰੈਜੀਡੈਂਟ ਨਹੀਂ ਅਪਲਾਈ ਕਰ ਸਕਣਗੇ ਵਰਕ ਪਰਮਿਟ ਦੇ ਲਈ, ਤਾਂ ਫਲੈਗ ਪੋਲਿੰਗ ਦੇ ਲਈ ਤਾਂ ਸ਼ਾਇਦ ਐਲੀਜੀਬਲ ਰਹਿਣਗੇ। ਸੋ ਇਹ ਅਜੇ ਕਲੈਰਿਟੀ ਦੀ ਲੋੜ ਹੈ, ਗਵਰਨਮੈਂਟ ਜਦੋਂ ਫਾਈਨਲ ਇੰਸਟਰਕਸ਼ਨਸ ਇਸ਼ੂ ਕਰੇਗੀ ਤਾਂ ਉਸ ਟਾਈਮ 'ਤੇ ਪਤਾ ਲੱਗੇਗਾ ਕਿ ਇਹ ਕੰਡੀਸ਼ਨਸ ਨੇ ਜਿਹੜੀਆਂ ਉਹਨਾਂ ਦੇ ਵਿੱਚ ਕਿਹੜੀਆਂ ਐਕਸੈਪਸ਼ਨਸ ਨੇ, ਅਤੇ ਕੀ ਫਲੈਗ ਪੋਲਿੰਗ ਅਲਾਊਡ ਹੈ, ਕਿਹੜੀਆਂ ਇੰਡਸਟਰੀਜ਼ ਅਤੇ ਕਿਹੜੇ ਰੀਜਨਸ ਰੂਰਲ ਅਤੇ ਰਿਮੋਟ ਏਰੀਆਜ਼, ਉਹਨਾਂ ਦੇ ਵਿੱਚ ਕੀ ਕੰਡੀਸ਼ਨਸ ਹੋਣਗੀਆਂ। ਭਾਵੇਂ ਉਹਨਾਂ 'ਚ ਅਨਇੰਪਲੋਇਮੈਂਟ ਰੇਟ ਹਾਈ ਹੋਵੇ, ਪਰ ਉਹਨਾਂ ਦੇ ਲਈ ਟੈਂਪਰੇਰੀ ਫੋਰਨ ਵਰਕਰਸ ਵਾਈਟਲ ਨੇ, ਜੇ ਉਹ ਨਹੀਂ ਉੱਥੇ ਕੰਮ ਕਰਨਗੇ ਤਾਂ ਉੱਥੇ ਬੜੀਆਂ ਮਤਲਬ ਉਹਨਾਂ ਲਈ ਤਕਲੀਫਾਂ ਦਾ ਚੈਲੇਂਜਸ ਦਾ ਸਾਹਮਣਾ ਕਰਨਾ ਪਏਗਾ। ਦੂਸਰਾ ਇਹ ਵੀ ਹੈ ਕਿ ਇਸ ਵੇਲੇ ਜਿਹੜੀ ਕੈਨੇਡਾ ਦੀ ਇਕੋਨਮੀ ਹੈ ਉਹ ਬੜੀ ਚੈਲੇਂਜਸ ਫੇਸ ਕਰ ਰਹੀ ਹੈ। 2 ਕੁਆਟਰ ਇੱਦਾਂ ਦੇ ਸੀ ਕਿ ਜਿਨ੍ਹਾਂ ਦੇ ਵਿੱਚ 0 ਗਰੋਥ ਸੀ ਜਾਂ 1 ਦੇ ਵਿੱਚ ਥੋੜ੍ਹੀ ਜਿਹੀ ਵੱਧ ਸੀ 0 ਤੋਂ, ਪਰ ਟੈਕਨੀਕਲੀ ਰਿਸੈਸ਼ਨ ਨਹੀਂ ਸੀ। ਪਰ ਕੈਪਟਾ ਇਨਵੈਸਟਮੈਂਟ ਦੇ ਹਿਸਾਬ ਦੇ ਨਾਲ ਹੋ ਸਕਦਾ ਕਿ ਕੈਨੇਡਾ ਦੇ ਵਿੱਚ ਰਿਸੈਸ਼ਨ ਹੋਵੇ, ਅਤੇ ਪਰ ਜੇ ਵਰਕਰ ਨਹੀਂ ਮਿਲਦੇ ਅਤੇ ਇੰਪਲੋਇਰ ਪ੍ਰੋਪਰ ਪ੍ਰੋਡਕਸ਼ਨ ਨਹੀਂ ਕਰ ਸਕਦੇ, ਉਹਦੇ ਨਾਲ GDP ਘਟੇਗਾ, ਅਤੇ ਉਹਦੇ ਨਾਲ ਕੀ ਕੈਨੇਡਾ ਰਿਸੈਸ਼ਨ ਵਿੱਚ ਤਾਂ ਨਹੀਂ ਜਾ ਸਕਦਾ। ਇਹ ਵੀ ਇੱਕ ਬੜਾ ਵੱਡਾ ਚੈਲੇਂਜ ਹੈ ਜਿਹੜਾ ਅੱਖੋਂ ਪਰੋਲੇ ਨਹੀਂ ਕੀਤਾ ਜਾ ਸਕਦਾ ਜੀ। ਇੱਕ ਗਰੇਵਾਲ ਸਾਹਿਬ, ਜਿਵੇਂ ਅਸੀਂ ਗੱਲ ਕੀਤੀ ਕਿ ਜਿਹੜੇ ਕੈਨੇਡਾ ਦੇ ਅੰਦਰ ਰਹਿ ਕੇ ਜਿਹੜੇ ਵਿਜ਼ਟਰ ਹੋਣਗੇ ਜਾਂ ਟੈਂਪਰੇਰੀ ਫੋਰਨ ਜਿਹੜੇ ਵਰਕਰ ਜਾਂ
ਫੋਰਨਰ ਜਿਹੜੇ ਹੋਣਗੇ ਉਹ ਵਰਕ ਪਰਮਿਟ ਲਈ ਅਪਲਾਈ ਨਹੀਂ ਕਰ ਸਕਣਗੇ। ਪਰ ਜੇ ਅਸੀਂ ਮੈਂ ਇਕੱਲੇ ਭਾਰਤ ਦੀ ਗੱਲ ਕਰਾਂ ਤੇ ਉਹਦੇ ਵਿੱਚੋਂ ਵੀ ਇਕੱਲੇ ਪੰਜਾਬ ਸੂਬੇ ਦੀ ਗੱਲ ਕਰਾਂ ਜਿੱਥੇ ਧੜਾ ਧੜ ਪੈਸੇ ਲੈ ਕੇ ਏਜੰਟਾਂ ਵੱਲੋਂ ਲੋਕਾਂ ਨੂੰ ਜਹਾਜ਼ੇ ਚੜਾ ਦਿੱਤਾ ਜਾਂਦਾ ਕਿ ਤੁਸੀਂ ਇੱਕ ਵਾਰੀ ਵਿਜ਼ਿਟਰ ਪਹੁੰਚੋ ਅੱਗੇ ਤੁਹਾਡਾ ਸਾਰਾ ਕੰਮ ਬਣ ਜਾਣਾ। ਬੀਤੇ ਕੁਛ ਦਿਨਾਂ ਦੇ ਵਿੱਚ ਮੇਰੀ ਵੀ ਕੁਛ ਲੋਕਾਂ ਨਾਲ ਮੁਲਾਕਾਤ ਹੋਈ ਜਿਹੜੇ ਕਈ ਕਈ ਲੱਖ ਰੁਪਇਆ ਦੇ ਕੇ ਸਿਰਫ ਵਿਜ਼ਿਟਰ ਦੇ ਤੌਰ 'ਤੇ ਕੈਨੇਡਾ ਆਏ ਅਤੇ ਆ ਕੇ ਕਿਉਂਕਿ ਇੱਥੇ ਸਿੱਧਾ ਹੀ ਵਰਕ ਪਰਮਿਟ ਸਾਨੂੰ ਮਿਲ ਜਾਣਾ। ਉਹਨਾਂ ਜਿਹੜੇ ਲੋਕ ਇਹਨਾਂ ਏਜੰਟਾਂ ਦੇ ਕੋਲ ਫਸਦੇ ਆ ਉਹਦੇ ਵਾਸਤੇ ਕੋਈ ਤੁਸੀਂ ਸੁਨੇਹਾ ਦੇਣਾ ਚਾਹੁੰਦੇ ਹੋ ਇਸ ਪ੍ਰੋਗਰਾਮ ਦੇ ਮਾਧਿਅਮ ਨਾਲ, ਕਿਉਂਕਿ ਸਥਿਤੀਆਂ ਜਿਹੜੀਆਂ ਨੇ ਕਾਫੀ ਜ਼ਿਆਦਾ ਬਦਲ ਚੁੱਕੀਆਂ ਨੇ? ਦੇਖੋ, ਪਹਿਲੀ ਗੱਲ ਗਵਰਨਮੈਂਟ ਦੇ ਲਈ, ਬੜਾ ਡਿਫੀਕਲਟ ਹੈ ਇਹ, ਕਿਉਂਕਿ ਉਹਨਾਂ ਕੋਲ ਕੋਈ ਕਾਨੂੰਨੀ ਤੌਰ ਦੇ ਉੱਤੇ ਕੋਈ ਸਾਧਨ ਨਹੀਂ ਜਿਹਦੇ ਨਾਲ ਉਹ ਜਿੰਨੀ ਵੀ ਸਕੈਮਸ ਜਾਂ ਫਰੋਡ ਹੁੰਦੇ ਨੇ ਕੈਨੇਡਾ ਤੋਂ ਬਾਹਰ ਉਹਨਾਂ ਨੂੰ ਕੰਟਰੋਲ ਕਰ ਸਕਣ। ਸਿਰਫ ਗਵਰਨਮੈਂਟ ਉਹਨਾਂ ਨੂੰ ਮੋਨੀਟਰ ਕਰ ਸਕਦੀ ਹੈ ਜਾਂ ਜਿਹੜੇ ਡਾਕੂਮੈਂਟ ਆ ਫੇਕ ਡਾਕੂਮੈਂਟ ਨੇ ਉਹਨਾਂ ਨੂੰ ਪ੍ਰੋਪਰਲੀ ਚੈੱਕਅਪ ਕਰ ਸਕਦੀ ਹੈ। ਇਸ ਤੋਂ ਇਲਾਵਾ ਗਵਰਨਮੈਂਟ ਕੋਲ ਕੋਈ ਸਾਧਨ ਨਹੀਂ ਕਿ ਉਹ ਬਾਹਰਲੇ ਦੇਸ਼ਾਂ ਦੇ ਵਿੱਚ ਜੋ ਫਰੋਡ ਹੁੰਦੀ ਹੈ ਜਾਂ ਸਕੈਮ ਹੁੰਦੇ ਨੇ ਉਹਨਾਂ ਨੂੰ ਕੰਟਰੋਲ ਕਰ ਸਕਣ, ਨੰਬਰ ਇੱਕ। ਨੰਬਰ ਦੋ, ਜਿਹੜੇ ਲੋਕ ਵਿਕਟਮ ਬਣਦੇ ਨੇ, ਕੁਛ ਤਾਂ ਲੋਕਾਂ ਦੀਆਂ ਮਜਬੂਰੀਆਂ ਨੇ ਉਹ ਵਿਕਟਮ ਬਣ ਜਾਂਦੇ ਨੇ, ਪਰ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਜਿਹੜੇ LMI ਦੀ ਸੇਲ ਹੁੰਦੀ ਹੈ ਬਾਹਰ ਉਹ ਇਲੀਗਲ ਹੈ ਕੈਨੇਡਾ ਦੇ ਲਈ, ਉਹ ਨਹੀਂ ਅਲਾਓ ਕਰ ਸਕਦੇ ਅਤੇ ਪਰ ਉਹ ਹੋ ਰਹੀ ਹੈ, ਗਵਰਨਮੈਂਟ ਨੂੰ ਵੀ ਪਤਾ। ਇਸ ਕਰਕੇ ਗਵਰਨਮੈਂਟ ਦੇ ਹੱਥ ਬੰਨੇ ਨੇ, ਉਹ ਬਾਹਰਲੇ ਸਕੈਮਸ ਨੂੰ ਰੋਕ ਨਹੀਂ ਸਕਦੇ, ਪਰ ਲੋਕਾਂ ਨੂੰ ਜ਼ਰੂਰ ਧਿਆਨ ਰੱਖਣਾ ਚਾਹੀਦਾ ਕਿ ਉਹ ਗਲਤ ਬੰਦਿਆਂ ਕੋਲ ਜਿਹੜੇ ਅਨਕੁਆਲੀਫਾਈਡ ਜਾਂ ਰਜਿਸਟਰਡ ਇਮੀਗ੍ਰੇਸ਼ਨ ਕੰਸਲਟੈਂਟ ਜਾਂ ਵਕੀਲ ਨਹੀਂ ਹਨ, ਉਹਨਾਂ ਤੋਂ ਜੇ ਸਰਵਿਸਿਜ਼ ਲੈਂਦੇ ਨੇ ਤਾਂ ਉਹਨਾਂ ਦੀ ਗਰੰਟੀ ਕੋਈ ਨਹੀਂ। ਇਸ ਕਰਕੇ ਉਹਨਾਂ ਲਈ ਮੈਸੇਜ ਇਹ ਹੈ ਸਾਰੇ ਲੋਕਾਂ ਦੇ ਲਈ ਜਿਹੜੇ ਏਜੰਟਾਂ ਦੇ ਥਰੂ ਆਉਂਦੇ ਨੇ ਪੈਸੇ ਦੇ ਕੇ ਆਉਂਦੇ ਨੇ, ਕਿ ਉਹ ਆਪਣੇ ਆਪ ਨੂੰ ਸਹੀ ਐਡਵਾਈਸ ਲੈਣ ਦੇ ਲਈ ਸਹੀ ਲੋਕਾਂ ਦੇ ਕੋਲ ਜਾਣ, ਅਤੇ ਕਿਉਂਕਿ ਅਦਰਵਾਈਜ਼ ਉਹ ਆਪਣੇ ਐਕਸ਼ਨ ਦੇ ਲਈ ਖੁਦ ਜ਼ਿੰਮੇਵਾਰ ਨੇ। ਗਵਰਨਮੈਂਟ ਉਹਨਾਂ ਨੂੰ ਕੋਈ ਕੰਪਨਸੇਸ਼ਨ ਨਹੀਂ ਦੇ ਸਕਦੀ, ਕੋਈ ਉਹਨਾਂ ਨੂੰ ਸਿੰਪਥੀ ਨਹੀਂ ਦੇ ਸਕਦੀ, ਕਿਉਂਕਿ ਉਹਨਾਂ ਦੀ ਗਲਤੀ ਹੈ। ਸੋ ਇਸ ਕਰਕੇ ਉਹਨਾਂ ਦੇ ਲਈ ਇਹੀ ਮੈਸੇਜ ਹੈ ਕਿ ਸਹੀ ਜਗ੍ਹਾ ਤੋਂ, ਸਹੀ ਵੈਬਸਾਈਟਸ ਤੋਂ, ਸਹੀ ਕੰਸਲਟੈਂਟਸ ਤੋਂ ਜਿਹੜੇ ਲੀਗਲ ਉਸ ਪ੍ਰੋਫੈਸ਼ਨ ਦੇ ਵਿੱਚ ਕੰਮ ਕਰ ਸਕਦੇ ਨੇ ਉਹਨਾਂ ਤੋਂ ਹੀ ਐਡਵਾਈਸ ਲੈਣ। ਜੀ, ਇੱਕ ਹੋਰ ਜਿਹੜੀ ਚੀਜ਼ ਹੈ, ਜਿੱਦਾਂ ਪਹਿਲਾਂ ਤਾਂ ਕੈਨੇਡਾ ਵਿੱਚ ਰਹਿ ਕੇ ਔਨਲਾਈਨ ਤੁਸੀਂ ਅਪਲਾਈ ਕਰ ਸਕਦੇ ਸੀ ਜਿਹੜੇ ਟੈਂਪਰੇਰੀ ਰੈਜੀਡੈਂਟਸ ਜਿਹੜੇ ਕੈਨੇਡਾ ਦੇ ਵਿੱਚ ਰਹਿੰਦੇ ਆ, ਪਰ ਹੁਣ ਇੱਕ ਤਰੀਕੇ ਨਾਲ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਜਾਂ ਵਿਚਾਰ ਸਾਹਮਣੇ ਆ ਰਿਹਾ, ਪ੍ਰਗਟ ਕੀਤਾ ਜਾ ਰਿਹਾ ਲੋਕਾਂ ਵੱਲੋਂ, ਕਿ ਸਰਕਾਰ ਦਾ ਇਹ ਫੈਸਲਾ ਕਿ ਜਿਹੜਾ ਤੁਸੀਂ ਆਖਿਆ ਕਿ ਜਿਹੜਾ ਬਾਰਡਰ ਕ੍ਰੋਸ ਕਰਕੇ ਫਿਰ ਵਾਪਸ ਐਂਟਰ ਹੋਣ ਵਾਲਾ ਜਿਹੜਾ ਸਿਸਟਮ ਹੈ, ਫਲੈਗ ਪੁਲਿੰਗ ਜਿਹਨੂੰ ਕਹਿੰਦੇ ਆ, ਉਹਦੇ ਜੇ ਉਸ ਸਥਿਤੀ ਵਿੱਚ ਲੋਕ ਜਾਂਦੇ ਆ, ਕਿਉਂਕਿ ਉਹਦੇ ਨਾਲ ਇੱਕ ਤਰੀਕੇ ਨਾਲ ਲੋਕ ਸਿੱਧੇ ਉਹਨਾਂ ਕੋਲ ਬਾਰਡਰ ਏਜੰਸੀ ਤੱਕ ਪਹੁੰਚ ਜਾਣਗੇ, ਅਤੇ ਬਾਰਡਰ ਏਜੰਸੀ ਕੋਲ ਇੱਕ ਹੋਰ ਟੂਲ ਆ ਜਾਏਗਾ ਕਿ ਉਹਨਾਂ ਲੋਕਾਂ ਵਿੱਚੋਂ ਜਿਹੜੇ ਵਾਕਈ ਐਲੀਜੀਬਲ ਨਹੀਂ, ਯੋਗ ਨਹੀਂ, ਉਹਨਾਂ ਨੂੰ ਵਾਪਸ ਭੇਜਿਆ ਜਾ ਸਕਦਾ ਕੈਨੇਡਾ ਤੋਂ। ਇਹਦੇ ਵਿੱਚ ਕਿੰਨਾ ਕੁ ਸੱਚਾਈ ਲੱਗਦੀ ਹੈ ਜਾਂ ਤਰਕ ਕਿੰਨਾ ਕੁ ਸਹੀ ਲੱਗਦਾ ਹੈ? ਦੇਖੋ, ਅਗੇਨ ਇਹਦੇ 'ਚ ਦੋ ਚੀਜ਼ਾਂ ਨੇ। ਇੱਕ ਤਾਂ ਇਹ ਕਿ ਅਮਰੀਕਾ ਵਾਲੇ ਨਹੀਂ ਚਾਹੁੰਦੇ ਕਿ ਫਲੈਗ ਪੋਲਿੰਗ ਅਲਾਓ ਕੀਤੀ ਜਾਵੇ। ਉਹਦੇ ਵਿੱਚ ਇਹ ਹੈ ਕਿ ਜਦੋਂ ਅਮਰੀਕਾ ਤੋਂ ਵਰਕ ਪਰਮਿਟ ਦੇ ਲਈ ਕੈਨੇਡਾ ਚਾਹੁੰਦੇ ਨੇ ਤਾਂ ਉਹਨਾਂ ਦੀ ਪ੍ਰੋਸੈਸ ਡਿਫਰੈਂਟ ਹੈ। ਸੈਨੇਟਰਸ ਨੂੰ ਅਮਰੀਕਾ ਦੇ ਵਿੱਚ ਉਹਨਾਂ ਨੇ ਕੰਪਲੇਂਟ ਕੀਤੀ ਹੈ ਕਿ ਇਹ ਲੂਫੋਲ ਨੂੰ ਬੰਦ ਕੀਤਾ ਜਾਵੇ। ਦੂਸਰਾ, ਜਿਹੜੇ ਕੈਨੇਡੀਅਨ ਅਧਿਕਾਰੀ ਨੇ ਉਹ ਇੰਨੇ ਬਿਜ਼ੀ ਨੇ ਬਾਰਡਰ ਦੇ ਉੱਤੇ ਟ੍ਰੈਫਿਕ ਨੂੰ ਅਤੇ ਆਪਣੀ ਐਗਜ਼ਾਮੀਨੇਸ਼ਨ ਕਰਨ ਦੇ ਲਈ, ਪ੍ਰੋਸੈਸ ਨੂੰ ਸਾਰੀ ਨੂੰ ਸੰਭਾਲਣ ਦੇ ਲਈ, ਕਿ ਉਹਨਾਂ ਦੇ ਉੱਤੇ ਐਕਸਟਰਾ ਬਰਡਨ ਪੈਂਦਾ ਜਦੋਂ ਉਹ ਵਰਕ ਪਰਮਿਟ ਦੇ ਲਈ ਉੱਥੇ ਆਮ ਵਿਜ਼ਿਟਰ ਵਗੈਰਾ ਫਲੈਗ ਪੋਲਿੰਗ ਲਈ ਜਾਂਦੇ ਨੇ। ਇਸੇ ਕਰਕੇ ਪਿੱਛੇ ਜੇ ਅਨਾਊਂਸਮੈਂਟ ਕੀਤੀ ਸੀ
ਕਿ ਉੱਥੇ ਅਪੁਆਇੰਟਮੈਂਟ ਲੈ ਕੇ ਜਾਣਾ ਪਏਗਾ ਅਤੇ ਕਈ ਜਗ੍ਹਾ 'ਤੇ ਉਸ ਨੂੰ ਬੰਦ ਵੀ ਕੀਤਾ ਗਿਆ ਅਤੇ ਉਹਦੇ ਲਿਮਿਟਡ ਟਾਈਮ ਘੰਟੇ ਨਿਯੁਕਤ ਕੀਤੇ ਗਏ ਨੇ ਅਤੇ ਪਰ ਜਦੋਂ ਉੱਥੇ ਵਰਕਰ ਜਾਂਦੇ ਨੇ ਤਾਂ ਵਰਕਰ ਦੇ ਕੋਲ ਵੀ ਇਹ ਆਪਸ਼ਨ ਨਹੀਂ ਹੁੰਦੀ ਕਿ ਉਹਨਾਂ ਦਾ ਡਿਸੀਜ਼ਨ ਦੀ ਅਪੀਲ ਕਰ ਸਕਣ ਅਤੇ ਨਾ ਹੀ ਕੋਈ ਕੰਸਲਟੈਂਟ ਉਹਨਾਂ ਨੂੰ ਉਸ ਪ੍ਰੋਸੈਸ ਦੇ ਵਿੱਚ ਰੈਪ੍ਰਜੈਂਟ ਕਰ ਸਕਦਾ ਟੈਕਨੀਕਲੀ। ਸੋ ਅਧਿਕਾਰੀਆਂ ਕੋਲ ਇੰਨੀ ਕੁ ਡਿਸਕ੍ਰੈਸ਼ਨਰੀ ਪਾਵਰਸ ਨੇ ਕਿ ਉਹ ਤੁਹਾਡਾ ਪਾਸਪੋਰਟ ਲੈ ਕੇ ਰੱਖ ਸਕਦੇ ਨੇ ਅਤੇ ਤੁਹਾਨੂੰ ਡਿਪੋਰਟ ਵੀ ਕਰ ਸਕਦੇ ਨੇ। ਸੋ ਇਸ ਕਰਕੇ ਗਵਰਨਮੈਂਟ ਇਸ ਪ੍ਰੋਸੈਸ ਨੂੰ ਕਿਸ ਤਰੀਕੇ ਨਾਲ ਯੂਜ਼ ਕਰੇਗੀ ਇਹ ਆਉਣ ਵਾਲਾ ਸਮਾਂ ਦੱਸੇਗਾ। ਜੇ ਫਲੈਗ ਪੋਲਿੰਗ ਵੀ ਟਫ ਕਰ ਦਿੱਤੀ ਅਤੇ ਅਧਿਕਾਰੀਆਂ ਨੂੰ ਇੰਸਟਰਕਸ਼ਨਾਂ ਦਿੱਤੀਆਂ ਗਈਆਂ ਕਿ ਵਰਕ ਪਰਮਿਟ ਨਾ ਦਿਓ ਤਾਂ ਫਿਰ ਉਹਨਾਂ ਕੋਲ ਕੋਈ ਆਪਸ਼ਨ ਨਹੀਂ ਐਕਸੈਪਟ ਰਿਪੋਰਟ ਕਰਨ ਦੇ ਲਈ। ਅਤੇ ਦੂਜੀ ਗੱਲ ਕਿ ਜਿਹੜੀਆਂ ਇਹ ਅਨਾਊਂਸਮੈਂਟਾਂ ਆ ਰਹੀਆਂ ਨੇ ਇਹ ਅਜੇ ਸ਼ੁਰੂਆਤ ਹੈ, ਜਿਹੜੇ ਓਵਰਆਲ ਪੀ ਆਰ ਦੀਆਂ ਕੰਡੀਸ਼ਨਸ ਨੇ ਉਹਨਾਂ ਦੇ ਉੱਤੇ ਵੀ ਗਵਰਨਮੈਂਟ ਆ ਜਿਹੜੇ ਟਾਰਗੇਟ ਆ ਉਹਨਾਂ ਨੂੰ ਵੀ ਘਟਾਉਣ ਦੇ ਲਈ ਅਤੇ ਹੋਰ ਇਮੀਗ੍ਰੇਸ਼ਨ ਦੇ ਮਾਮਲਿਆਂ ਨੂੰ ਸਖਤਾਈ ਦੇ ਲਈ ਵਰਤਣ ਦੇ ਲਈ ਵੀ ਚਾਹਵਾਨ ਲੱਗਦੀ ਹੈ। ਬਿਲਕੁਲ ਠੀਕ ਗਰੇਵਾਲ ਸਾਹਿਬ, ਬਹੁਤ ਬਹੁਤ ਧੰਨਵਾਦ ਜੀ, ਕੱਲ ਨੂੰ ਫੇਰ ਮਿਲਦੇ ਹਾਂ, ਤਦ ਤੱਕ ਲਈ ਸ਼ੁਕਰੀਆ ਜੀ। ਧੰਨਵਾਦ ਜੀ। ਇਸ ਦੇ ਨਾਲ ਹੀ ਮੈਨੂੰ ਅਵਨੀਤ ਸਿੰਘ ਤੇਜਾ ਨੂੰ ਵੀ ਦਿਓ ਇਜਾਜ਼ਤ, ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ।